ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਜੋਤ ਸਿੰਘ ਹੈ ਮੈਂ ਪਹਿਲੀ ਜਮਾਤ ਪਹਿਲੀ ਜਮਾਤ ਗੁਰੂਰਕਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿੱਚ ਪੜਦਾ ਹਾਂ ਮੈਂ ਆਪ ਜੀ ਨੂੰ ਗੁਰੂ ਨਾਨਕ ਪਾਈ ਲਾ ਲੋ ਜੀ ਦੇ ਬਾਰੇ ਮੈਂ ਦੱਸਾਂਗਾ ਕਲਤਾਰੰਗ ਗੁਰੂ ਨਾਨਕ ਆਇਆ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 1459 ਨੂੰ ਮੈਂ ਤਾਂ ਕਾਲੂ ਜੀ ਤੇ ਮਾਤਾ ਤਿੱਤਾ ਜੀ ਦੇ ਘਰ ਰਾਏ ਪੋਏ ਦੇ ਟਲ ਮੰਡੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਇਆ ਸੀ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਤੋਂ ਹੀ ਗੁਰੂ ਸਨ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਬਣਾਇਆ ਗੁਰੂ ਨਾਨਕ ਦੇਵ ਜੀ ਨੇ ਸਿੱਕਾ ਨੂੰ ਕੀਰਤ ਕਰਨੀ ਨਾਮ ਜਪਨਾ ਤੇ ਵੰਡ ਦੇ ਛਕਣ ਦਾ ਉਪਦੇਸ਼ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਪਹਿਲੀ ਉਦਾਸੀ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਸੈਦਪੁਰੇ ਪੁੱਜੇ ਇੱਥੇ ਇੱਥੇ ਭਾਈ ਲਾਲੋ ਦੇ ਘਰ ਡੇਰਾ ਕੀਤਾ ਭਾਈ ਪਈ ਲਾਲੋ ਦੇ ਘਰ ਹਰ ਰੋਜ਼ ਹਰ ਜਸ ਹੋਣ ਲੱਗਾ ਇਸੇ ਸਾਰ ਇਸੇ ਸਾਰ ਵਿੱਚ ਮਲਕ ਪੱਗੋ ਨਾਮ ਦਾ ਸਾਹੂਕਾਰ ਰੰਦਾਸੀ ਉਸਨੇ ਆਪਣੇ ਕਰਦੇ ਅੰਦਰ ਬ੍ਰह्म ਪੋਜ ਰੱਖਿਆ ਤੇ ਗੁਰੂ ਨਾਨਕ ਦੇਵ ਜੀ ਨੂੰ ਸਦਾ ਪੇਜਾ ਪਹਿਲੇ ਤੇ ਪਹਿਲੇ ਗੁਰੂ ਜੀ ਨੇ ਨਾ ਕਰ ਦਿੱਤੀ ਪਰ بار بار ਸਦਾ ਪੇਜੰਤੇ ਗੁਰੂ ਜੀ ਪਾਇ ਲਲੋ ਦੇ ਨਾਲ ਜਾਣ ਲਈ ਤਿਆਰ ਹੋ ਗਏ ਮਲਕ ਪਾਗੋ ਗੁੱਸੇ ਵਿੱਚ ਬੋਲਿਆ ਤੁਸੀਂ ਖਤਰੀ ਹੋ ਕੇ ਰੰਦੇ ਹੋ ਮੈਂ ਸਾਰੇ ਮੈਂ ਸਾਰੇ ਤੈਨ ਲਈ ਬਰਮਪੋਟ ਰੱਖਿਆ ਹੈ ਤੇ 37 ਪਕਾਰ ਦੇ ਪਕਵਾਨ ਬਣਾਏ ਹਨ ਗੁਰੂ ਨਾਨਕ ਦੇਵ ਜੀ ਮਲਕ ਪਕਵਾਨ ਨੂੰ ਸਮਝਾਣ ਲੱਗਾ ਕਹਿਣ ਲੱਗੇ ਤੇ ਤੇਰੇ तेरे नाए पकवान गरीबा दा खून चूस के मने हन ते पाई लालो रोटी हक सच दी कमाई दी है ते इसलिए तेरे पकवाना दे अंदर लहू दिसदा है ਤੇ ਲਾਲੋ ਦੀ ਰੋਟੀ ਵਿੱਚ ਅੰਮ੍ਰਿਤ ਦਿਸਦਾ ਹੈ ਮਲਕ ਪaggo ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਚੰਨੀ ਟਾਪਿਆ ਤੇ ਆਪਣੇ ਕਰਨੂ ਦਰਮ ਸਾਲ ਲਾਇਆ ਬਲਦੇ ਜੀ ਦਾ ਖਾਲਸਾ ਬਾਜੀ ਕੀ ਫਤਿਹ